ਨੂਰਪੁਰ ਬੇਦੀ ਦੇ ਲੋਕ ਦੁਖੀ ਨੇ ਸ਼ਰਾਬ ਦੇ ਠੇਕਿਆਂ ਤੋਂ। ਕੇਵਲ ਨੂਰਪੁਰ ਬੇਦੀ ਬਲਾਕ ਦੇ ਵਿੱਚ ਹੀ 19 ਸ਼ਰਾਬ ਦੇ ਠੇਕੇ ਹੁਣ ਤੱਕ ਖੁੱਲ ਚੁੱਕੇ ਨੇ। ਪਿੰਡ ਦੀਆਂ ਬੀਬੀਆਂ ਇਹਨਾਂ ਠੇਕਿਆਂ ਦੇ ਜਿਹੜੇ ਨੇ ਬਾਹਰ ਬੋਰਡਾਂ ਨੂੰ ਵੀ ਤੋੜਦੀਆਂ ਹੋਈਆਂ ਨਜ਼ਰ ਆਈਆਂ ਨੇ, ਪਰ ਫਿਰ ਵੀ ਇਹਨਾਂ ਠੇਕਿਆਂ ਨੂੰ ਬੰਦ ਨਹੀਂ ਅਜੇ ਤੱਕ ਕੀਤਾ ਗਿਆ। ਇੱਕਾ ਦੁੱਕਾ ਇਸ ਬਲਾਕ ਦੇ ਵਿੱਚ ਠੇਕੇ ਹੁੰਦੇ ਸੀ, ਪਰ ਇਸ ਵੇਲੇ ਹਾਲਾਤ ਇਹ ਬੜੇ ਨੇ ਕਿ 19 ਸ਼ਰਾਬ ਦੇ ਠੇਕੇ ਜਿਹੜੇ ਨੇ ਖੁੱਲ ਚੁੱਕੇ ਨੇ। ਪਿੰਡਾਂ ਦੀਆਂ ਬੀਬੀਆਂ ਹੋਣ ਚਾਹੇ ਆਮ ਲੋਕ ਹੋਣ, ਇਸ ਦਾ ਲਗਾਤਾਰ ਵਿਰੋਧ ਕਰ ਰਹੇ ਨੇ, ਪਰ ਐਕਸ਼ਨ ਤਾਂ ਕੋਈ ਨਹੀਂ ਲਿਆ ਗਿਆ ਹੈ। ਪਰ ਬਾਰ ਬਾਰ ਲੋਕਾਂ ਨੇ ਖੁਦ ਇਹ ਮੁੱਦੇ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਤੇ ਸਾਡੇ ਬਲਾਕ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਇੱਕ ਜਾਂ ਫਿਰ ਦੋ ਮਸਾਂ ਹੀ ਠੇਕੇ ਹੁੰਦੇ ਸੀ ਸ਼ਰਾਬ ਦੇ, ਪਰ ਇਸ ਵੇਲੇ ਨੌਜਵਾਨਾਂ ਨੂੰ ਵਿਗਾੜਨ ਦਾ ਕੰਮ ਵੀ ਪੂਰਨ ਤੌਰ ਤੇ ਕੀਤਾ ਜਾ ਰਿਹਾ ਹੈ। ਸਿਰਫ ਨੂਰਪੁਰ ਬੇਦੀ ਬਲਾਕ ਦੇ ਕੁਝ ਕੁ ਪਿੰਡਾਂ ਦੇ ਵਿੱਚ ਹੀ 19 ਸ਼ਰਾਬ ਦੇ ਠੇਕੇ ਖੁੱਲ ਚੁੱਕੇ ਨੇ, ਜੋ ਮਸਲਾ ਕਾਫੀ ਜ਼ਿਆਦਾ ਚਿੰਤਾਜਨਕ ਤੇ ਵੱਡਾ ਵੀ ਹੈ। ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਵੇਲੇ ਲਗਾਤਾਰ ਨਸ਼ਿਆਂ ਦੇ ਵਿੱਚ ਧੁੱਤ ਨਜ਼ਰ ਆ ਰਹੀ ਹੈ। ਤਾਂ ਦੱਸੀਏ ਕਿ ਇਹ ਮਾਮਲਾ ਨੂਰਪੁਰ ਬੇਦੀ ਬਲਾਕ ਜ਼ਿਲ੍ਹਾ ਰੂਪਨਗਰ ਤੋਂ ਸਾਹਮਣੇ ਆਉਂਦਾ ਹੈ। ਬਲਾਕ ਨੂਰਪੁਰ ਬੇਦੀ ਦੇ ਵਿੱਚ ਕਦੇ ਟਾਵਾਂ ਟਾਵਾਂ ਸ਼ਰਾਬ ਦੇ ਠੇਕੇ ਹੁੰਦੇ ਸਨ। ਹੁਣ ਸ਼ਰਾਬ ਦੀ ਵਿਕਰੀ ਵਧਾਉਣ ਦੇ ਲਈ ਠੇਕੇਦਾਰਾਂ ਦੇ ਵੱਲੋਂ ਪਿੰਡ ਪਿੰਡ ਦੇ ਵਿੱਚ ਠੇਕੇ ਖੋਲ੍ਹੇ ਜਾ ਰਹੇ ਨੇ। ਇਹ ਵਰਤਾਰਾ ਪਿਛਲੇ ਕੁਝ ਸਮਿਆਂ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ। ਕਦੇ ਨੂਰਪੁਰ ਬੇਦੀ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਤੇ ਬਜਰੂੜ, ਬੈਂਸਾ, ਮਣਕੂ ਮਾਜਰਾ, ਕਲਮਾ ਮੋੜ ਦੇ ਵਿੱਚ ਹੀ ਹੁੰਦੇ ਸਨ। ਹੁਣ ਜ਼ਿਆਦਾ ਠੇਕੇ ਖੁੱਲ੍ਹਣ ਦੇ ਨਾਲ ਨੌਜਵਾਨ ਨਸ਼ੇ ਦੇ ਵਿੱਚ ਤੁੱਤ ਜਾਪਣ ਲੱਗ ਪਏ ਨੇ। ਬਲਾਕ ਨੂਰਪੁਰ ਬੇਦੀ ਦੇ ਵਿੱਚ ਸ਼ਰਾਬ ਦੀ ਵਿਕਰੀ ਵਧਾਉਣ ਦੇ ਲਈ ਇਸ ਸਾਲ ਠੇਕੇਦਾਰਾਂ ਦੇ ਵੱਲੋਂ 19 ਸਬ ਬੈਂਡ ਖੋਲ੍ਹੇ ਗਏ ਨੇ। ਮਿਲੇ ਵੇਰਵੇ ਦੇ ਮੁਤਾਬਿਕ ਇਕੱਲੇ ਨੂਰਪੁਰ ਬੇਦੀ ਇਲਾਕੇ ਦੇ ਵਿੱਚ 5 ਸ਼ਰਾਬ ਦੇ ਠੇਕੇ ਖੁੱਲ੍ਹੇ ਨੇ। ਬਜਰੂਰ, ਭੋਗੀਪੁਰ, ਹਰੀਪੁਰ, ਬਸਾਲੀ, ਸ਼ੇਖਪੁਰ, ਚੱਜ ਚੌਂਕ, ਸੰਗਤਪੁਰ, ਕਲਮਾ ਮੋੜ, ਸਮੁੰਦੜੀਆ, ਖੇੜਾ ਤੇ ਪੰਗਲ ਤੇ 2-2 ਸ਼ਰਾਬ ਦੇ ਠੇਕੇ ਪਿੰਡਾਂ ਦੇ ਵਿੱਚ ਖੋਲ੍ਹੇ ਗਏ ਨੇ। ਇਲਾਕੇ ਦੇ ਲੋਕਾਂ ਦੇ ਵੱਲੋਂ ਭਾਵੇਂ ਠੇਕੇ ਖੁੱਲ੍ਹਣ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਬ੍ਰਾਂਚਾਂ ਕੱਟਣ ਦੀ ਬਜਾਏ ਦਿਨ ਪ੍ਰਤੀ ਦਿਨ ਹੋਰ ਵੱਧ ਰਹੀਆਂ ਨੇ। ਜ਼ਿਆਦਾਤਰ ਠੇਕੇ ਖੋਲ੍ਹਣਾ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਵੱਲ ਚਿੰਤਾ ਦਾ ਵਿਸ਼ਾ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਸ਼ਰਾਬ ਦੇ ਠੇਕਿਆਂ ਨੂੰ ਗਿਣਤੀ ਨੂੰ ਘਟਾਇਆ ਜਾ ਸਕੇ, ਤਾਂ ਜੋ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਦੇ ਨਾਲ ਵਧਾਇਆ ਜਾ ਸਕੇ ਤੇ ਨੌਜਵਾਨਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਤਾਂ ਲੋਕ ਠੇਕਿਆਂ ਖਿਲਾਫ਼ ਸੰਘਰਸ਼ ਕਰਨ ਦੇ ਲਈ ਮਜਬੂਰ ਹੋ ਜਾਣਗੇ। ਇਹਨਾਂ ਸ਼ਰਾਬ ਦੀ ਠੇਕਿਆਂ ਦੀ ਵੱਧ ਰਹੀ ਗਿਣਤੀ ਬਾਰੇ ਠੇਕੇਦਾਰ ਗੁਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਠੇਕੇ ਇਲਾਕੇ ਦੇ ਵਿੱਚ ਨਜਾਇਜ਼ ਵਿਕਰੀ ਸ਼ਰਾਬ ਦੀ ਰੋਕ ਲਈ ਖੋਲ੍ਹੇ ਗਏ ਨੇ। ਉਹਨਾਂ ਕਿਹਾ ਹੈ ਕਿ ਉਹ ਸ਼ਰਾਬ ਦੀ ਫੀਸ ਭਰ ਕੇ ਹੋਰ ਵੀ ਠੇਕੇ ਖੋਲ੍ਹ ਸਕਦੇ ਨੇ। ਜਦੋਂ ਆਬਕਾਰੀ ਅਫਸਰ ਰੂਪਨਗਰ ਸ਼ੇਖਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਦੇ ਮੁਤਾਬਿਕ ਹੀ ਠੇਕੇ ਸਭ ਬੈਂਡ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸ਼ਰਾਬ ਦੀਆਂ ਜ਼ਿਆਦਾਤਰ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ ਫੀਸ ਭਰ ਕੇ ਸਭ ਬੈਂਡ ਖੋਲ੍ਹੇ ਜਾਂਦੇ ਨੇ, ਭਾਵੇਂ ਕਿ ਜੋ ਕਹਿ ਸਕੇ ਕਿ ਪਾਲਿਸੀ ਦੇ ਮੁਤਾਬਿਕ ਜਿਹੜੇ ਠੇਕੇ ਖੁੱਲ੍ਹ ਰਹੇ ਨੇ, ਪਰ ਦੂਸਰੀ ਗੱਲ ਇਹ ਹੈ ਕਿ
ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਠੇਕਿਆਂ ਦੀ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ, ਇਸਦਾ ਮਤਲਬ ਤਾਂ ਇਹੀ ਜਾਪਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਫਿਰ ਇਸ ਇਲਾਕੇ ਦੇ ਨੌਜਵਾਨਾਂ ਦੇ ਵਿੱਚ ਸ਼ਰਾਬ ਦੀ ਡਿਮਾਂਡ ਸਭ ਤੋਂ ਵੱਧ ਹੈ। ਇਸ ਕਰਕੇ ਬਾਰ ਬਾਰ ਉਹ ਠੇਕੇ ਜਿਹੜੇ ਹੈ ਖੋਲ੍ਹੇ ਜਾ ਰਹੇ ਨੇ। ਭਾਵ ਕਹਿ ਸਕਦੇ ਹਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੇ ਦਲਦਲ ਦੇ ਵਿੱਚ ਧੱਸਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੀ ਹੈ। ਕਿਤੇ ਨਾ ਕਿਤੇ ਇਹੀ ਕਾਰਨ ਹੈ ਕਿ ਪੰਜਾਬ ਪੂਰਾ ਦਿਨ ਪ੍ਰਤੀ ਦਿਨ ਖਾਲੀ ਹੋ ਰਿਹਾ। ਅਸੀਂ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਇੱਕ ਸਮਾਜ ਸੇਵੀ ਦੇ ਨਾਲ ਗੱਲਬਾਤ ਕੀਤੀ ਹੈ, ਗੌਰਵ ਰਾਣਾ ਜੀ ਦਾ ਇਸ ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਕੀ ਕੁਛ ਕਹਿਣਾ ਹੈ, ਆਓ ਸੁਣਦੇ ਹਾਂ। ਗੌਰਵ ਜੀ, ਨੂਰਪੁਰ ਬੇਦੀ ਇਲਾਕੇ ਦੇ ਵਿੱਚ ਕਮ ਸੇ ਕਮ 19 ਠੇਕੇ ਜਿਹੜੇ ਨੇ ਖੁੱਲੇ ਨੇ, ਲੋਕ ਇਹਨਾਂ ਠੇਕਿਆਂ ਤੋਂ ਦੁਖੀ ਨੇ ਜੀ, ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ। ਪਹਿਲੇ ਤਾਂ ਹੁੰਦਾ ਸੀ ਇੱਕ ਠੇਕਾ ਹੁੰਦਾ ਸੀ ਤੇ ਦੂਜਾ ਠੇਕੇ ਦੀ ਦੂਰੀ ਠੇਕੇ ਤੋਂ ਕਰੀਬ ਕਰੀਬ 4 ਤੋਂ 5 ਕਿਲੋਮੀਟਰ ਦੀ ਹੁੰਦੀ ਸੀਗੀ, ਪਰ ਇਹ ਜੋ ਨਵੀਂ ਸਰਕਾਰ ਆਈ ਹੈ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ 19 ਠੇਕੇ ਸਾਡੇ ਬਲਾਕ ਦੇ ਵਿੱਚ ਜਿਹੜੇ ਹੈ ਖੁੱਲ ਗਏ ਹੈ। ਸਬ ਐਂਡ ਕਹਿ ਲਈਏ, ਇਹਨਾਂ ਨੂੰ ਠੇਕੇ ਕਹਿ ਲਈਏ, ਪਰ ਇਹਨਾਂ ਦਾ ਸਾਈਡ ਇਫੈਕਟ ਜਾਂ ਨੁਕਸਾਨ ਕਹਿ ਲਈਏ ਕਿ ਜਿਹੜੇ ਲੋਕ ਬਚੇ ਹੁੰਦੇ ਸੀਗੇ ਕਿ ਦੂਰ ਹੋਣ ਦੇ ਚੱਕਰ ਦੇ ਵਿੱਚ ਕਹਿ ਲਈਏ ਜਾਂ ਕਿਸੇ ਹੋਰ ਜਿਸ ਤਰ੍ਹਾਂ ਕਹਿੰਦੇ ਚੀਜ਼ ਦੀ ਅਵੇਲੇਬਿਲਟੀ ਉਹਦੀ ਉਪਲਬਧਤਾ ਦੇ ਅਭਾਵ ਦੇ ਵਿੱਚ ਜਿਹੜੀ ਚੀਜ਼ ਨਹੀਂ ਮਿਲਦੀ ਸੀ ਉਹਦਾ ਸਾਈਡ ਇਫੈਕਟ ਬਹੁਤ ਬੁਰਾ ਪੈ ਰਿਹਾ ਨੌਜਵਾਨ ਬੱਚਿਆਂ ਦੇ ਪੈ ਰਿਹਾ। ਔਰ ਇਸ ਨੂੰ ਲੈ ਕੇ ਕਈ ਵਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਵਿਰੋਧ ਕੀਤਾ। ਇੱਕ ਦੋ ਮਾਮਲੇ ਮੇਰੇ ਬਿਲਕੁਲ ਧਿਆਨ ਚ, ਹਿਆਤਪੁਰ ਪਿੰਡ ਹੈ, ਉਸ ਪਿੰਡ ਦੀ ਪੰਚਾਇਤ ਨੇ ਪੂਰਾ ਸਟੈਂਡ ਲੈ ਲਿਆ, ਧਾਰਮਿਕ ਜਥੇਬੰਦੀਆਂ ਨੇ ਸਟੈਂਡ ਲੈ ਲਿਆ ਕਿ ਸਾਡੇ ਪਿੰਡ ਠੇਕਾ ਨੂੰ ਖੋਲ੍ਹਣਾ ਚਾਹੀਦਾ। ਪਰ ਜਿਸ ਤਰ੍ਹਾਂ ਕਹਿੰਦੇ ਜਦੋਂ ਕੋਈ ਸਰਕਾਰ ਕਿਸੇ ਕੰਮ ਨੂੰ ਖੋਲ੍ਹਣ ਤੇ ਆ ਜਾਂਦੀ ਹੈ ਤਾਂ ਉਹਨਾਂ ਨੇ ਨਾਲ ਲੱਗਦੀ ਜੂਹ, ਬਿਲਕੁਲ ਇੱਕ ਹੋਰ ਨਾਲ ਦੇ ਪਿੰਡ ਦੀ ਜੂਹ ਦੇ ਬਲਾਕ ਦੇ ਵਿੱਚ ਜਾ ਕੇ ਠੇਕਾ ਖੋਲ ਦਿੱਤਾ। ਪਿੰਡਰ ਨਗਰ ਬੀਬੀਆਂ ਨੇ ਕਿਹਾ ਕਿ ਸਾਡੇ ਪਿੰਡ ਠੇਕਾ ਨੀ ਖੋਲਣਾ ਚਾਹੀਦਾ। ਉਹਨਾਂ ਨੇ ਬਕਾਇਦਾ ਠੇਕਾ ਦਾ ਜਿਹੜਾ ਖੋਖਾ ਸੀਗਾ ਉਹਨੂੰ ਭੰਨ ਕੇ ਸੁੱਟ ਵੀ ਦਿੱਤਾ, ਪਰ ਫਿਰ ਵੀ ਜਿੱਦਾਂ ਕਹਿੰਦੇ ਸੱਜੇ ਖੱਬੇ ਕਰਕੇ ਇਹਨਾਂ ਨੇ ਆਪਣੇ ਮਨ ਦੀਆਂ ਮਰਜ਼ੀਆਂ ਕਰਕੇ 19 ਦੇ ਕਰੀਬ ਠੇਕੇ ਕੰਮ ਸਬ ਐਂਡ ਖੋਲੇ ਹੈ, ਜਿਹਦਾ ਬਹੁਤ ਬੈਡ ਇਫੈਕਟ ਪੈ ਰਿਹਾ। ਜੇ ਮੈਂ ਵਿਅੰਗਮਈ ਤਰੀਕੇ ਨਾਲ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੂਜਿਆਂ ਦੇ ਵਿਅੰਗ ਕਰਦੇ ਹੈ ਤੇ ਉਹਨਾਂ ਦੇ ਵਿਅੰਗ ਕੀਤਾ ਜਾਵੇ, ਜਦੋਂ ਚੰਡੀਗੜ੍ਹ ਤੁਸੀਂ ਐਂਟਰ ਕਰਦੇ ਹੋ ਤਾਂ ਉੱਥੇ ਪੁਲਿਸ ਵਾਲੇ ਹਵਾ ਚੈੱਕ ਕਰਦੇ ਆ ਫੂਕ ਵਜਵਾ ਕੇ। ਮੈਂ ਕਹਿੰਦਾ ਜਿਹਨਾਂ ਨੇ ਦੇਸ਼ ਦੇ ਸੂਬੇ ਨੂੰ ਚਲਾਉਣਾ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਰੂਟੀਨ ਟੈਸਟ ਹੋਵੇ ਫੂਕ ਵਜਵਾ ਕੇ, ਕਿਉਂਕਿ ਉਹਨਾਂ ਨੇ ਇੱਕ ਦੇਸ਼ ਨੂੰ, ਮਾਫ ਕਰਨਾ, ਇੱਕ ਸੂਬੇ ਨੂੰ ਜਿਹੜਾ ਰਨ ਕਰਨਾ ਹੈ ਤੇ ਜਿਹੜੇ ਆਮ ਲੋਕਾਂ ਦੀ ਕ੍ਰੈਡੀਬਿਲਿਟੀ ਕਿੱਥੇ ਰਹਿ ਜਾਂਦੀ ਹੈ ਜਦੋਂ ਸੂਬੇ ਦੇ ਮੰਤਰੀ ਔਰ ਸਰਕਾਰਾਂ ਹੀ ਜਿਹੜੀਆਂ ਇਸ ਚੀਜ਼ਾਂ ਨੂੰ ਡਿਵੈਲਪ ਕਰਨ ਤੇ ਆ ਗਈਆਂ। ਬੜੀ ਇਹਦਾ ਬੈਡ ਇਫੈਕਟ ਪੈ ਰਿਹਾ ਜੀ ਸਾਡੇ ਇਲਾਕੇ ਦੇ ਜੀ। ਤੇ ਜਿਨ੍ਹਾਂ ਦੇ ਵੱਲੋਂ ਇਹ ਠੇਕੇ ਖੁਲਵਾਏ ਜਾ ਰਹੇ ਕਿ ਲੋਕਾਂ ਨੇ ਉਹਨਾਂ ਨੂੰ ਤਾੜਨਾ ਨਹੀਂ ਕੀਤੀ ਕਿ ਤੁਸੀਂ ਕਿਉਂ ਠੇਕੇ ਖੋਲਦੇ, ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ। ਦੇਖੋ ਤਾੜਨਾ ਦੀ ਮੈਂ ਤੁਹਾਨੂੰ ਸਰਲ ਸ਼ਬਦਾਂ ਵਿੱਚ ਇੱਕ ਦੱਸ ਦਿੰਦਾ, ਉਦਾਹਰਣ ਦੇ ਦਿੰਦਾ। ਜਿਸ ਤਰ੍ਹਾਂ ਤੁਹਾਡਾ ਚੈਨਲ ਨਿਰੰਤਰ ਮੁੱਦੇ ਚੁੱਕ ਰਿਹਾ ਹੈ, ਲਾਦੂਕੇ ਵਾਲੇ ਤੁਸੀਂ ਸੰਦੀਪ ਜੀ ਦਾ ਦੇਖ ਲਿਆ ਕਿ ਜਦੋਂ ਉਹਨਾਂ ਨੇ ਸੱਚ ਉਜਾਗਰ ਕੀਤਾ ਤਾਂ ਉਹਨਾਂ ਨਾਲ ਲੜਨ ਤੇ ਆਏ ਵਿਧਾਇਕ। ਇਹੀ ਹਾਲਾਤ ਪੰਜਾਬ ਦੇ ਵੱਖ ਵੱਖ ਹਲਕਿਆਂ ਦੇ ਵਿੱਚ ਹੈ। ਜਿਹੜਾ ਵੀ ਲੋਕ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਤਾਂ ਉਹਨੂੰ ਪਿਆਰ ਦੇ ਨਾਲ ਜਾਂ ਕਹਿੰਦੇ ਐਡਵਰਟਾਈਜ਼ਮੈਂਟ ਦੇ ਨਾਲ ਦਵਾ ਲੈਂਦੇ ਹੈ, ਜੇ ਫਿਰ ਵੀ ਉਹ ਸਟੈਂਡ ਲੈਂਦਾ ਹੈ ਤਾਂ ਉਹਦਾ ਜਿਹੜਾ ਇਹ ਅੰਜਾਮ ਹੈ ਇਹ ਜ਼ਬਰਦਸਤੀ ਤੇ ਲੜਨ ਤੱਕ ਵੀ ਪੈਂਦੇ ਨੇ। ਬਹੁਤ ਸਾਰੇ ਲੋਕਾਂ ਨੇ ਮਨਾ ਕੀਤਾ, ਬਹੁਤ ਵਾਰ ਨਿਊਜ਼ ਆਈਟਮਸ ਦੇ ਵਿੱਚ ਛਪਿਆ, ਨਿਰੰਤਰ ਛਪ ਵੀ ਰਿਹਾ ਹੈ, ਪਰ ਜਿੱਦਾਂ ਕਹਿੰਦੇ ਸਿਹਤ ਤੇ ਕੋਈ ਅਸਰ ਨਹੀਂ। ਠੇਕਿਆਂ ਦੇ ਕਾਰੋਬਾਰ ਦੇ ਵਿੱਚ ਜ਼ਿਆਦਾਤਰ ਇੱਥੇ ਤਾਂ ਚਰਚਾ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਹੈ ਕਿ ਜਿਹੜੇ ਨੇਤਾ ਗਾਣਾ ਇਹਨਾਂ ਦੇ ਰਿਸ਼ਤੇਦਾਰੀ ਨਾਲ ਮਿਲ ਕੇ ਪੂਰ ਪਾਵੇ ਕੰਮ ਕਰ ਰਹੇ ਨੇ ਜੀ। ਤੇ ਇਸ ਦੇ ਨਾਲ ਹੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਪੂਰਨ ਤੌਰ ਤੇ ਖਤਮ ਕਰਨਾ ਹੈ, ਤੇ ਹੁਣ 19 ਠੇਕੇ ਖੁੱਲ ਗਏ ਨੇ ਤਾਂ ਕਹਿ ਸਕਦੇ ਪੰਜਾਬ ਦੀ ਜਵਾਨੀ ਨੂੰ ਇਹ ਨਸ਼ਿਆਂ ਵੱਲ ਖੁਦ ਹੀ ਧੱਕ ਰਹੇ ਨੇ।
ਦੇਖੋ ਜੀ, ਬਿਲਕੁਲ ਜੋ ਦਿੱਲੀ ਚ ਅਸੀਂ ਸੁਣਨ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਉੱਥੇ ਕਿਵੇਂ ਲੀਕੋਰ ਘੁਟਾਲਾ ਕਿਸ ਤਰ੍ਹਾਂ ਦੇ ਨਾਲ ਫਾਇਦੇ ਲੈ ਕੇ ਠੇਕੇ ਹਰ ਦਿੱਲੀ ਦੇ ਚੌਂਕ ਚੁਰਾਹੇ ਦੇ ਵਿੱਚ, ਹਰ ਨਗਰ ਦੇ ਵਿੱਚ ਖੁੱਲੇ ਨੇ, ਉਹਦੀ ਸੈਕਿੰਡ ਕਾਪੀ ਵਰਜ਼ਨ ਪੰਜਾਬ ਵਿੱਚ ਦੇਖਣ ਲਈ ਮਿਲ ਰਹੀ ਹੈ। ਕਹਿਣ ਦੇ ਵੇਲੇ ਦਾਅਵੇ ਹੋਰ ਸੀ, ਗੱਲਾਂ ਹੋਰ ਸੀਗੀਆਂ, ਪਰ ਜੇ ਅਸੀਂ ਹੁਣ ਸੱਚਾਈ ਤੇ ਦੇਖੀਏ ਤਾਂ ਇੰਨੇ ਜ਼ਿਆਦਾ ਸਬ ਬੈਂਡ ਠੇਕੇ ਖੋਲਣ ਦਾ ਮਤਲਬ ਸਾਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੀ ਕਿਹੜੀ ਵਿਰਾਸਤ ਨੂੰ ਡਿਵੈਲਪ ਕਰ ਰਹੇ ਨੇ, ਪੰਜਾਬ ਦੀ ਕਿਹੜੀ ਚੀਜ਼ ਨੂੰ ਡਿਵੈਲਪ ਕਰ ਰਹੇ ਨੇ। ਟੂਰਿਜ਼ਮ ਇਹਨਾਂ ਤੋਂ ਡਿਵੈਲਪ ਨਹੀਂ ਹੋ ਰਿਹਾ, ਵਿਕਾਸ ਕਾਰਜ ਇਹਨਾਂ ਤੋਂ ਹੋ ਨਹੀਂ ਰਹੇ, ਜੇ ਹੋ ਰਿਹਾ ਹੈ ਤਾਂ ਠੇਕੇ ਡਿਵੈਲਪ ਹੋ ਰਹੇ ਨੇ, ਜਿਹਦਾ ਸਾਨੂੰ ਫਾਇਦਾ ਕੋਈ ਨਹੀਂ ਹੈ। ਆਉਂਦੀ ਨਵੀਂ ਪੀੜ੍ਹੀ ਨੂੰ, ਬੱਚਿਆਂ ਨੂੰ, ਜਿੱਦਾਂ ਕਹਿੰਦੇ ਜੈਸੀ ਸੰਗਤ ਵੈਸੀ ਰੰਗਤ, ਜੋ ਦੇਖਣਗੇ ਜੋ ਸੁਣਨਗੇ ਜੋ ਸਾਹਮਣੇ ਖਾਣ ਪੀਣਗੇ ਉੱਦਾਂ ਦਾ ਅਸਰ ਪਏਗਾ। ਸ਼ਾਸਤਰਾਂ ਵਿੱਚ ਵੀ ਲਿਖਿਆ ਹੈ ਇਹਨੂੰ ਸੁਰਾ ਦਾ ਦਰਜਾ ਦਿੱਤਾ ਗਿਆ ਹੈ। ਇਸ ਚੀਜ਼ ਨੂੰ ਡਿਵੈਲਪ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ, ਔਰ ਸਰਕਾਰ ਦੀ ਕਹਿਣੀ ਔਰ ਕਥਨੀ ਚ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ। ਤੇ ਗੌਰਵ ਜੀ, ਕੀ ਤੁਸੀਂ MLA ਨੂੰ ਇਸ ਬਾਬਤ ਦੱਸਿਆ ਹੈ ਕਿ ਸਾਡੇ ਇਲਾਕੇ ਦੇ ਵਿੱਚ 19 ਠੇਕੇ ਖੁੱਲ ਚੁੱਕੇ ਨੇ, ਕਿਸ ਨੂੰ ਬੰਦ ਕਰਵਾਉਣਾ ਚਾਹੀਦਾ ਹੈ? ਦੇਖੋ ਜੀ, ਬਾਏ ਪਰਸਨਲੀ ਤਾਂ ਮੈਂ ਨਾ ਕਹਾਂ, ਮੈਂ ਬਿਲਕੁਲ ਨਹੀਂ ਕੀਤਾ, ਤੇ ਜੇ ਬਾਏ ਮੀਡੀਆ ਗੱਲ ਕਰੀਏ ਤਾਂ ਮੀਡੀਆ ਦੇ ਵਿੱਚ ਵਾਰ ਵਾਰ ਮਾਮਲਾ ਜਿਹੜਾ ਮੁੱਦਾ ਚੱਕਿਆ ਹੈ, ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਸੁੱਖੀ ਡੋਲ ਸਰਪੰਚ ਤੋਂ ਹੈ, ਮੈਡਮ ਹੈ, ਉਹਨਾਂ ਨੇ ਬਕਾਇਦਾ ਧਰਨੇ ਲਗਾਏ ਹੋਰ ਸਥਾਨਾਂ ਤੇ, ਹਯਾਤਪੁਰ ਪਿੰਡ ਵਿੱਚ ਧਰਨੇ ਲੱਗੇ। ਪਰ ਉਹਨਾਂ ਚੀਜ਼ਾਂ ਦਾ ਅਸਰ ਤਾਂ ਹੀ ਹੁੰਦਾ ਨਾ ਜੀ, ਪੰਚਾਇਤਾਂ ਜਿਹੜੀਆਂ ਲਿਖ ਕੇ ਭੇਜਦੀਆਂ ਹੈ ਜਾਂ ਜਿਹੜੇ ਲੋਕ ਪੀੜਤ ਲਿਖ ਕੇ ਭੇਜਦੇ ਆ, ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਭੇਜਦੇ ਨੇ ਲਿਖ ਕੇ, ਤੇ ਉਹਦਾ ਹੀ ਅੰਗ ਨੇ, ਚਾਹੇ ਉਹਨਾਂ ਦੇ ਉੱਪਰ ਲਗਾ ਲੈਣ ਚਾਹੇ ਉਹਨਾਂ ਦੇ ਇਕੁਇਪਮੈਂਟ ਲਗਾ ਲੈਣ, ਪਰ ਉਹਦਾ ਜਿਹੜਾ ਹੈ ਅਸਰ ਨਹੀਂ ਹੋ ਰਿਹਾ ਜੀ ਦੇਖਣ ਲਈ ਕੋਈ ਵੀ। ਜੀ 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 ਜੀ, ਬਹੁਤ ਬਹੁਤ ਧੰਨਵਾਦ ਗੌਰਵ ਜੀ ਤਮਾਮ ਜਾਣਕਾਰੀ ਦੇ ਲਈ। ਤਾਂ ਤੁਸੀਂ ਗੌਰਵ ਜੀ ਤੋਂ ਸੁਣਿਆ ਕਿਸ ਤਰੀਕੇ ਦੇ ਨਾਲ ਇਸ ਵੇਲੇ ਨੂਰਪੁਰ ਬੇਦੀ ਦੇ ਹਾਲਾਤ ਬਣੇ ਹੋਏ ਨੇ, ਕੀ ਕੁਛ ਜਿਹੜੇ ਹੈ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ। ਬੀਬੀਆਂ ਖੁਦ ਠੇਕਿਆਂ ਤੇ ਜਿਹੜੇ ਬੋਰਡਾਂ ਨੂੰ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਸਾਡੇ ਪੁੱਤਾਂ ਨੂੰ ਨਾ ਬਰਬਾਦ ਕਰੋ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਸ਼ਰਾਬ ਨਾ ਘੋਲੋ, ਪਰ ਫਿਰ ਵੀ ਇਹ ਠੇਕੇ ਬੰਦ ਹੋਣ ਦੀ ਗੱਲ ਨਹੀਂ ਕਰ ਰਹੇ ਨੇ ਉੱਥੇ ਹੀ, ਭਾਵੇਂ ਕਿ ਇੱਕ ਵਾਰ ਨੂੰ ਠੇਕੇ ਟੁੱਟਦੇ ਨੇ, ਇੱਕ ਸਾਲ ਤਾਂ ਪੂਰਾ ਹੋ ਹੀ ਚੱਲਿਆ ਹੈ, ਆਉਣ ਵਾਲੇ ਸਾਲਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਠੇਕਿਆਂ ਦੀ ਗਿਣਤੀ ਨੂੰ ਰੋਕਣ ਦੇ ਲਈ ਕੀ ਕੁਛ ਹੋਰ ਕਦਮ ਕਰਦੀ ਹੈ। ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ। ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।